ਆਹ ਜਿਹੜਾ ਫੌਜੂਲ ਹਮਲਾ ਕੀਤਾ ਗਿਆ ਉਹ ਟਾਲਿਆ ਵੀ ਜਾ ਸਕਦਾ ਬਹੁਤ ਸਾਰੇ ਲੋਕਾਂ ਨੇ ਮੰਨਿਆ ਆ ਗਿਆ ਸਾਨੂੰ ਦੋ ਦੋ ਚਾਰ ਦਿਨ ਪਹਿਲਾਂ ਸਾਨੂੰ ਪਤਾ ਲੱਗ ਗਿਆ ਸੀ ਵੀ ਫੌਜ ਦਾ ਹਮਲਾ ਹੋਵੇਗਾ ਅਸੀਂ ਸੱਜ ਦੇ ਜਨਰਲ ਸਿੰਘ ਪਿੰਡ ਨਾਲ ਵੀ ਇੰਟਰਵਿਊ ਕੀਤੀ ਹੈਗੀ ਤੁਹਾਨੂੰ ਲੱਗਦਾ ਹੈ ਕਿ ਸੰਤਾਂ ਨੂੰ ਅਹਿਸਾਸ ਹੈਗਾ ਸੀ ਕਿ ਇਹ ਹਮਲਾ ਹੋ ਸਕਦਾ ਸੰਤ ਨੂੰ ਵੀ ਅੰਦਰ ਪਤਾ ਲੱਗ ਗਿਆ ਸੀ ਸਾਰਾ ਹੋਊਗਾ ਕਿਵੇਂ ਸਾਨੂੰ ਨਹੀਂ ਸੀ ਪਤਾ ਕਿੱਡਾ ਵੱਡਾ ਹੋਏਗਾ ਇਹ ਦਾ ਬਿਲਕੁਲ ਸਾਨੂੰ ਨਹੀਂ ਸੀ ਬਿਲਕੁਲ ਕੋਈ ਇਲਮ ਨਹੀਂ ਸੀਗਾ ਪਹਿਲੀ ਜੂਨ ਨੂੰ ਤੇ ਅਸੀਂ ਇਧਰ ਆਉਣ ਲਈ ਤਿਆਰੀ ਕਰ ਰਹੇ ਹਾਂ ਮੇਰੇ ਇੱਕ ਦੋਸਤ ਪੱਤਰਕਾਰ ਦਾ ਫੋਨ ਗਿਆ ਜਿਹੜਾ ਦਰਵਾਜ਼ਾ ਸਾਹਿਬ ਦੇ ਨੇੜੇ ਰਹਿੰਦਾ ਸੀ ਵੀ ਗੋਲੀ ਚੱਲਣ ਲੱਗੀ ਤੇ ਗੋਲੀ ਚਲਦੀ ਰਹੀ ਪਹਿਲੇ ਦਿਨਾਂ 'ਕੇ ਪਤਾ ਲੱਗਿਆ ਸਾਨੂੰ ਸੀਆਰਪੀਐਫ ਨੇ ਗੋਲੀ ਚਲਾਈ ਹੈ ਤੇ ਗੋਲੀ 7 ਘੰਟੇ ਚੱਲੀ ਸਵੇਰ ਤੋਂ ਸ਼ੁਰੂ ਸਵੇਰ ਤੋਂ ਸ਼ੁਰੂ ਹੋ ਗਈ ਬਾਹਰ ਕੋਈ ਨਿਕਲਿਆ ਨਹੀਂ ਦਾ ਸਾਰਾ ਗੋਲੀ ਚੱਲ ਗਈ ਤੇ ਸਭ ਦੇ ਟੈਲੀਫੋਨ ਕੱਟੇ ਗਏ ਪੂਰੇ ਸ਼ਹਿਰ ਦੇ ਪੂਰੇ ਸ਼ਹਿਰ ਦੇ ਕੱਟੇ ਗਏ ਉਦੋਂ ਪਹਿਲੀ ਤਰੀਕ ਨੂੰ ਸਾਡੇ ਟੈਲੀਫੋਨ ਸਾਰੇ ਕੱਟੇ ਗਏ ਅੰਮ੍ਰਿਤਸਰ ਪੂਰੇ ਪੰਜਾਬ ਨਾਲੋਂ ਕੱਟਿਆ ਗਿਆ ਗੋਲੀ ਸ ਲਗਾਤਾਰ ਚੱਲਦੀ ਰਹੀ ਗੋਲੀ ਗੋਲੀ ਦਾ ਜਵਾਬ ਅੰਦਰੋਂ ਨਹੀਂ ਆਇਆ ਮਹਿੰਗਾ Wi-Fi ਹੈ ਕਿੱਥੇ ਹੋਣਗੇ ਨਾ 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 ਸਿੱਧੇ ਫਾਇਰ ਕੀ ਅੱਛਾ ਸਿੱਧੇ ਫਾਇਰ ਕੀ ਕੀਤੇ ਸੀ Wi-Fi ਨਹੀਂ ਸੀ ਤੇ ਉਸਦੇ ਸਿੱਧੇ ਫਾਇਰ ਜਾ ਕੇ ਥੰਮਾਂ 'ਚ ਵੀ ਲੱਗੇ ਸੀ ਜਿਹੜੇ ਤਾਂ ਬੁਰਾਂ ਸਾਡੇ ਕੋਲੇ ਆਉਂਦੀਆਂ ਰਹੀਆਂ ਸਾਰੀਆਂ ਵੀ ਬੰਦੇ ਜਿੰਨੇ जख्मी ਹੋ ਗਏ ਚੱਕਰ ਨਹੀਂ ਦਿੱਤੇ ਗਏ ਅਸੀਂ ਫਿਰ ਜਿਹਦੇ ਪਹਿਲੀ ਤਰੀਕ ਦੇ ਪਿੱਛੋਂ ਦੋ ਨੂੰ ਗਏ ਅਸੀਂ ਫਿਰ ਦੋ ਨੂੰ ਗਏ ਅੰਦਰ ਫਿਰ ਉੱਥੇ ਥੰਮਾਂ ਦੇ ਉੱਤੇ ਵੱਡੇ ਵੱਡੇ ਨਿਸ਼ਾਨ ਸੀ ਅਸੀਂ ਬੜੇ ਹੈਰਾਨ ਹੁੰਦੇ ਰਹੇ ਵੀ ਗੋਲੀ ਕਿੱਥੋਂ ਆ ਕੇ ਥੰਮਾਂ ਦੇ ਇੱਕ ਨਾਲ ਕਾਫੀ ਵੱਡਾ ਸੀਮੈਂਟ ਦਾ ਲਿਖਾਵਾ ਸੀ ਕਿ ਇੱਥੇ ਕਿਵੇਂ ਆ ਕੇ ਵੱਜੀ ਫਿਰ ਅਸੀਂ ਦਰਬਾਰ ਸਾਹਿਬ ਦੇ ਜਿਹੜਾ ਹਰਮੰਦਰ ਸਾਹਿਬ ਹੈ ਉਹਦੇ ਆਲੇ-ਦੁਆਲੇ ਗੋਲੀਆਂ ਗਿੰਦੇ ਰਹੇ ਆ ਕੇ ਪ੍ਰੈਸ ਵਾਲੇ ਸਾਰੇ ਵੀਰ ਨਿਸ਼ਾਨਾ ਨਿਸ਼ਾਨ ਤੇ ਫਿਰ ਦੋ ਨੂੰ ਕੁਝ ਨਹੀਂ ਹੋਇਆ ਤੂੰ ਸ਼ਨਾਟਾ ਚਹਰੇ ਸਵੀਰ ਵਾਲਾ ਸ਼ਾਮ ਮਾਲ ਜਿਹੜੀ ਗੁਰਬਾਣੀ ਹੁੰਦੀ ਰਸਨਾ ਉਹ ਚੱਲਦਾ ਰ ਦੋ ਨੂੰ ਕੁਝ ਨਹੀਂ ਹੋਇਆ ਸਾਰਾ ਹਾਂ ਪਰ ਦੋ ਨੂੰ ਸਾਨੂੰ ਫਿਰ ਬਿਲਡ ਅਪ ਹੋਣਾ ਸ਼ੁਰੂ ਹੋ ਪਤਾ ਲੱਗ ਗਿਆ ਸੀ ਸਾਨੂੰ ਲੈਣਾ ਬਿਛਲੀਆਂ ਫਿਰ ਅਸੀਂ ਲੱਗ ਗਿਆ ਜਿਹੜੀਆਂ ਕੇਬਲ ਲਾਈਨ ਜਿਹੜੀਆਂ ਫੌਜਦਿਆਂ ਹੁੰਦੀਆਂ ਹੋਲ ਸਾਰੀ ਮੇਰਟ ਤੋਂ ਜਿਹੜਾ ਸਾਰਾ ਬਿਹਾਰ ਨਾਏਨ ਬਿਹਾਰ ਤੇ ਹੋਰ ਸਾਰਾ ਕੁਝ ਮਜ਼ਰਾ ਸੀ ਸੀਗੋ ਪਲਟ ਉਹ ਆ ਗਏ ਸੀ ਸਾਡੇ ਮਤਲਬ ਗੈਰ ਪੰਜਾਬੀ ਬੁਲਾਏ ਗਏ ਸ਼ਾਇਦ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅਗਰ ਚਾਹਦੇ ਇਕੱਠੇ ਹੋ ਕੇ ਇੰਦਰਾ ਗਾਂਧੀ ਕੋਲ ਜਾਂਦੇ ਦੇਸ਼ ਦੀ ਪ੍ਰਾਈਮ ਮਿੰਿਸਟਰ ਕੋ ਜਾਂ ਰਾਸ਼ਟਰਪਤੀ ਕੋ ਜਾਂਦੇ ਕਿ ਜੇ ਨਹੀਂ ਦੀ ਨੁਕਸਾਨ ਜ਼ਿਆਦਾ ਹੋ ਸਕਦਾ ਇਕੱਠੇ ਹੋ ਕੇ ਟਾਲਿਆ ਜਾ ਸਕਦਾ ਤੇ ਬਾਅਦ ਸਾਹ ਤੇ ਉਹ ਸਮੇਧੀ ਜਿਹੜੀ ਹਕੂਮਤ ਨੇ ਹਮਲਾ ਕੀਤਾ ਉਹ ਬੜਾ ਦੁਖਾਂਤ ਭਰਾਂ ਇੱਕ ਤਰੀਕ ਨੂੰ ਕੀ ਵਾਪਰਿਆ ਦੋ ਨੂੰ ਕੀ ਵਾਪਰਿਆ ਤਿੰਨ ਨੂੰ ਕੀ ਵਾਪਰਿਆ ਚਾਰ ਨੂੰ ਕੀ ਵਾਪਰਿਆ ਪੰਜ ਨੂੰ ਕੀ ਵਾਪਰਿਆ ਛੇ ਨੂੰ ਕੀ ਵਾਪਰਿਆ ਪਰ ਉਸ ਤੋਂ ਬਾਅਦ ਵੀ ਸਿੱਖ ਕੌਮ ਤੇ ਮਾੜੇ ਦਿਨ ਵਾਪਰਦੇ ਰਹੇ ਨੇ ਪਰ ਦਰਬਾਰ ਸਾਹਿਬ ਦੇ ਹਮਲੇ ਦੀ 8ਵੀਂ ਇਹ ਬਰੇ ਗਾਂਡਾ ਇੱਕ ਤੇ ਦੋ ਤਰੀਕ ਨੂੰ ਕੀ ਹੋਇਆ ਇਸ ਸਬੰਧੀ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਜੀ ਨੇ ਉਹਨਾਂ ਨੇ ਉਸ ਸਮੇਂ ਅੰਮ੍ਰਿਤਸਰ ਦੇ ਵਿੱਚ ਮੌਜੂਦ ਸਨ ਤੇ ਦੇਸ਼ ਦੀ ਨਾਮੀ ਏਜੰਸੀ ਯੂਐਨਏ ਵਾਸਤੇ ਪੱਤਰਕਾਰੀ ਕਰਦੇ ਨੇ ਸਿਸਾ ਬਹੁਤ ਬਹੁਤ ਸਵਾਗਤ ਧੰਨਵਾਦ ਸਰ ਦਿਨ ਤੇ ਬਹੁਤ ਮਾੜੇ ਸੀ ਜੀ ਉਸ ਸਮੇਂ ਔਰ ਜਿਹੜਾ ਦੁਖਾਂਤ ਜਿਹੜਾ ਫੌਜ ਵੱਲੋਂ ਹਮਲਾ ਕੀਤਾ ਗਿਆ ਉਹ ਟਾਲਿਆ ਵੀ ਜਾ ਸਕਦਾ ਬਹੁਤ ਸਾਰੇ ਲੋਕਾਂ ਨੇ ਮੰਨਿਆ ਆ ਗਿਆ ਤੇ ਅਸੀਂ ਤੁਹਾਡੇ ਕੋਲ ਜਾਨਣਾ ਚਾਹਾਂਗੇ ਕਿ 1 ਤੇ 2 ਦੀ ਜਿਹੜੀ ਸ਼ੁਰੂਆਤ ਭਾਰਤੀ ਫੌਜ ਨੇ ਕੀਤੀ ਆ ਕਈ ਜਿਹੜੇ ਫੌਜੀ ਜਰਨਲ ਮਨਾ ਕਰ ਗਏ ਸੀ ਫਿਰ ਕੁਲਦੀਪ ਸਿੰਘ ਉਹਨਾਂ ਨੂੰ ਲਿਆਂਦਾ ਗਿਆ ਕੀ ਹੋਇਆ ਸਰ 1 ਔਰ 2 ਦੀ ਦਿਨ ਨੂੰ ਜੀ ਬਿਕੋ ਇੱਕ ਦਾ ਦਿਨ ਦਿਨ ਦੇ ਵਿੱਚ ਜਿਹੜਾ ਹੋਇਆ ਪਹਿਲੀ ਜੂਨ ਨੂੰ ਸਾਰਾ ਜਿਹੜਾ ਸ਼ੁਰੂਆਤ ਹੋਇਆ ਉਸ ਤੋਂ ਪਹਿਲਾਂ ਸਾਨੂੰ ਦੋ ਦੋ ਚਾਰ ਦਿਨ ਹਫ਼ਤਾ ਪਹਿਲਾਂ ਸਾਨੂੰ ਪਤਾ ਲੱਗ ਗਿਆ ਸੀ ਵੀ ਫੌਜ ਦਾ ਹਮਲਾ ਹੋਵੇਗਾ ਜੀ ਤੇ ਸੰਤ ਨੂੰ ਵੀ ਅੰਦਰ ਪਤਾ ਲੱਗ ਗਿਆ ਸੀ ਸਾਰਾ ਉਹਦੇ ਜਥੇ ਨੂੰ ਵੀ ਪਤਾ ਲੱਗ ਗਿਆ ਸੀ ਤੇ ਉਸ ਤੋਂ ਉਸਨੇ ਮਈ ਦੇ ਪਿਛਲੇ ਹਫ਼ਤੇ ਵਿੱਚ ਉਹਨੇ ਆਪਦੇ ਜਥੇ ਦੀ ਮੀਟਿੰਗ ਵੀ ਕਰ ਲਈ ਸੀ ਸਾਰੇ ਤੇ ਅੰਦਰੋਂ ਬਿਲਕੁਲ ਜਿਹੜਾ ਭਾਜ ਨਾ ਠੁੰਦੀ ਸੀ ਸਾਰਾ ਭਰਿਆ ਪਿਆ ਹੁੰਦਾ ਸੀ ਇਹ ਦਰਬਾਰ ਸਾਹਿਬ ਦੇ ਵਿੱਚ ਧਰਮ ਜਗਤ ਮੋਰਚੇ ਬਣਨ ਲੋਕ ਲੋਕ ਸਾਰੇ ਪਾਸੇ ਆਸਿਆ ਹੋ ਕੇ ਸੀ ਗਰਮੀ ਸਿਖਰਾਂ ਤੇ ਪਹੁੰਚ ਗਈ ਸੀ ਉਹਨਾਂ ਦੇ ਵਿੱਚ ਗਰਮੀ ਬਹੁਤ ਸੀ ਤੇ ਇਸ ਕਰਕੇ ਸਾਨੂੰ ਵੀ ਪ੍ਰੈਸ ਵਾਲੇ ਜਿਹੜੇ ਉੱਥੇ ਰੋਜ਼ ਅਸੀਂ ਕਵਰ ਕਰਨ ਜਾਂਦੇ ਸਾਨੂੰ ਪਤਾ ਲੱਗ ਗਿਆ ਸੀ ਸਾਰੀ ਗੱਲ ਦਾ ਪਰ ਸਾਨੂੰ ਐ ਨਹੀਂ ਸੀ ਪਤਾ ਲੱਗਦਾ ਕਦੋਂ ਹਮਲਾ ਹੋਊ ਕੀ ਹੋਊਗਾ ਪਰ ਸਾਨੂੰ ਉਸ ਦੀਆਂ ਕਣਸੋਆਂ ਆ ਰਹੀਆਂ ਸੀਗੀਆਂ ਇਹ ਸਾਰਾ ਸੀ ਕਿ ਹੋ ਸਕਦਾ ਲੱਗਦਾ ਵੀ ਆ ਨਹੀਂ ਹੋਊਗਾ ਕਿਵੇਂ ਸਾਨੂੰ ਨਹੀਂ ਸੀ ਪਤਾ ਕਿੱਡਾ ਵੱਡਾ ਹੋਏਗਾ ਇਹ ਦਾ ਬਿਲਕੁਲ ਸਾਨੂੰ ਨਹੀਂ ਸੀ ਬਿਲਕੁਲ ਕੋਈ ਇਲਮ ਨਹੀਂ ਸੀਗਾ ਪਰ ਪਹਿਲੀ ਤਰੀਕ ਨੂੰ ਪਹਿਲੀ ਜੂਨ ਨੂੰ ਅਚਾਨਕ ਮੈਂ ਹਜੇ ਘਰੇ ਆਪਣਾ ਦਫ਼ਤਰਵਾਰ ਸਾਹਿਬ ਆਪਣੀ ਬੀਟ ਸਾਡੀ ਉਹੀ ਹੁੰਦੀ ਸੀ ਸਾਰੇ ਪ੍ਰੈਸ ਦੀ ਉਹਨਾਂ ਜਿਹੜੇ ਲੋਕਲ ਤੇ ਅਸੀਂ ਇਧਰ ਆਉਣ ਲਈ ਤਿਆਰੀ ਕਰ ਰਹੇ ਹਾਂ ਤੇ ਮੈਨੂੰ ਮੇਰੇ ਇੱਕ ਦੋਸਤ ਪੱਤਰਕਾਰ ਦਾ ਫੋਨ ਗਿਆ ਜਿਹੜਾ ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ ਵੀ ਗੋਲੀ ਚੱਲਣ ਲੱਗ ਗਈ ਤੇ ਆਪ ਅਸੀਂ ਫਿਰ ਅਸੀਂ ਫਿਰ ਦਰਬਾਰ ਸਾਹਿਬ ਦੇ ਆਉਣ ਦੀ بجائے ਉਹ ਕਹਿੰਦਾ ਵੀ ਕਤਵਾਲੀ ਸਿਟੀ ਕਤਵਾਲੀ ਚ ਆ ਜਾ ਉਹ ਦਰਬਾਰ ਸਾਹਿਬ ਤੋਂ ਪਾਸੇ ਸਿਟੀ ਕਤਵਾਲੀ ਚ ਤੇ ਚਲੋ ਮੈਂ ਵੀ ਤਿਆਰ ਤੁਰ ਹੋ ਕੇ ਜਲਦੀ ਸਿਟੀ ਕਤਵਾਲੀ ਚ ਆ ਗਿਆ ਤੇ ਗੋਲੀ ਚਲਦੀ ਰਹੀ ਪਹਿਲੇ ਦੇ ਲਾ ਕੇ ਪਤਾ ਲੱਗ ਗਿਆ ਸਾਨੂੰ ਸੀਆਰਪੀਐਫ ਨੇ ਗੋਲੀ ਚਲਾਈ ਹੈ ਤੇ ਗੋਲੀ 7 ਘੰਟੇ ਚੱਲੀ ਸਵੇਰ ਤੋਂ ਸ਼ੁਰੂ ਸਵੇਰ ਤੋਂ ਸ਼ੁਰੂ ਹੋ ਗਈ ਬਾਹਰ ਕੋਈ ਨਿਕਲਿਆ ਨਹੀਂਗਾ ਸਾਰਾ ਇਸ ਕਰਕੇ 7 ਘੰਟੇ ਗਰਮੀ ਬਹੁਤ ਜ਼ਿਆਦਾ ਸੀ ਕਿਸੇ ਨੇ ਕਿ ਤੇ ਸਾਨੂੰ 7 ਘੰਟੇ ਦਾ ਮਤਲਬ ਕਿ ਸ਼ਾਮ ਤੱਕ ਹੋ ਗਈ ਆ ਉਸ ਦਿਨ ਹੈਰਾਨੀ ਵਾਲੀ ਗੱਲ ਇਹ ਹੋਈ ਤੇ ਗੋਲੀ ਚੱਲਦੀ ਸੀ ਸਾਰੀ ਤੇ ਅਸੀਂ ਗੋਲੀ ਦੀਆਂ ਖਬਰਾਂ ਦੇਣ ਦੀ ਕੋਸ਼ਿਸ਼ ਕੀਤੀ ਮੇਰਾ ਮੈਂ ਟੈਲੀਫੋਨ ਮੈਂ ਮਤਲਬ ਕਿ ਆਪਣਾ ਜਦੋਂ ਦੇਖਿਆ ਉਦੋਂ ਲੈਂਡਲਾਈਨ ਹੀ ਹੁੰਦੀ ਸੀ ਸਾਰੀ ਉਸੇ ਲਾਈਨ ਉੱਤੇ ਸਾਡੀਆਂ ਟੈਲੀ ਪ੍ਰਿੰਟਰ ਮਸ਼ੀਨਾਂ ਚੱਲਦੀਆਂ ਹੁੰਦੀਆਂ ਸੀ ਉਦੋਂ ਬੜੀਆਂ ਟਿਕ ਟਕ ਕਰਨ ਵਾਲੀਆਂ ਮਸ਼ੀਨਾਂ ਹੁੰਦੀਆਂ ਸੀ ਤੇ ਉਹ ਇਲੈਕਟ੍ਰੋਨਿਕ ਤਾਂ ਹੈ ਨਹੀਂ ਸੀ ਤੇ ਅਸੀਂ ਵੇਖਿਆ ਤਾਂ ਮੈਂ ਦੇਖਿਆ ਮੇਰਾ ਟੈਲੀਫੋਨ ਸਾਰਾ ਕੱਟਿਆ ਹੋਇਆ ਵੀ ਖਬਰ ਕਿਵੇਂ ਦਈਏ ਉਹ ਖਬਰ ਦੇਣ ਦੇ ਲਈ ਬੜੀ ਭਜਨਟ ਹੁੰਦੀ ਸੀ ਸਾਰੀ ਵੀ ਕਿਸੇ ਪੱਤਰਕਾਰ ਨੂੰ ਖਬਰ ਮਿਲੇ ਵੀ ਗੋਲੀ ਸ਼ੁਰੂ ਹੋ ਗਈ ਹੈ ਤੇ ਕੋਈ ਪਤਾ ਨਾ ਲੱਗੇ ਹਜੇ ਲੋਕ ਤੁਰੇ ਫਿਰਦੇ ਸੀ ਬਾਹਰ ਸਾਰੇ ਕੋਈ ਐਡੀ ਗੱਲ ਨਹੀਂ ਸੀ ਕਿਸੇ ਨੂੰ ਤੇ ਮੈਂ ਦੌੜ ਕੇ ਫਿਰ ਆਪਣੇ ਹਿੰਦੁਸਤਾਨ ਟਾਈਮ ਦਾ ਉਥੇ ਰਿਪੋਰਟਰ ਸੀ ਮੇਰੇ ਨੇੜੇ ਹੀ ਰਹਿੰਦਾ ਤੇ ਮੈਂ ਗ੍ਰੀਨ ਪਾਰਕ ਰਹਿੰਦਾ ਸੀ ਤੇ ਉਥੇ ਗ੍ਰੀਨ ਐਵੇਨਿਊ ਰਹਿੰਦਾ ਸੀ ਤੇ ਗ੍ਰੀਨ ਐਵੇਨਿਊ ਤੋਂ ਨਿਕਲ ਕੇ ਮੈਂ ਉਹਦੇ ਵੱਲ ਗਿਆ ਤੇ ਸਰਕਾਰੀ ਕੋਠੀ ਚੋਂ ਰਹਿੰਦਾ ਸੀਗਾ ਤੇ ਉਹ ਮਾਸ਼ਾ ਠੀਕ ਕਰਦੇ ਉਥੇ ਜਾ ਕੇ ਪਤਾ ਲੱਗ ਗਿਆ ਵੀ ਇਹ ਤਾਂ ਗੋਲੀ ਚੱਲ ਗਈ ਤੇ ਸਭ ਦੇ ਟੈਲੀਫੋਨ ਕੱਟੇ ਗਏ ਪੂਰੇ ਸ਼ਹਿਰ ਦੇ ਪੂਰੇ ਸ਼ਹਿਰ ਦੇ ਕੱਟੇ ਗਏ ਉਦੋਂ ਪਹਿਲੀ ਤਰੀਕ ਨੂੰ ਸਾਡੇ ਟੈਲੀਫੋਨ ਸਾਰੇ ਕੱਟੇ ਗਏ ਫਰ ਅਚਾਨਕ ਹੀ ਕਟੇਗੇ ਸਾਰੇ ਸਾਰੇ ਕਟੇ ਗਏ ਤੇ ਉਹ ਕਹਿੰਦਾ ਵੀ ਹੁਣ ਜਾਣ ਦਾ ਕੋਈ ਫਾਇਦਾ ਪੂਦਾ ਨਹੀਂ ਕਿਸੇ ਪਾਸੇ ਹੁਣ ਗੋਲੀ ਚੱਲੂਗੀ ਅਸੀਂ ਫਿਰ ਚੁੱਪ ਕਰਕੇ ਉੱਥੇ ਬੈਠੇ ਰਹੇ ਅੰਮ੍ਰਿਤਸਰ ਪੂਰੇ ਪੰਜਾਬ ਨਾਲੋਂ ਕਟਿਆ ਗਿਆ ਅੰਮ੍ਰਿਤਸਰ ਦੇ ਸ਼ਹਿਰ ਦੇ ਕਟੇ ਗਏ ਸੀ ਸਾਰੇ ਉਸ ਦੇ ਪਿੱਛੋਂ ਉਹ ਜਿਹੜਾ ਵੱਡਾ ਕਰਫੂ ਲੱਗਦਾ ਉਹ ਤਾਂ ਮਗਰੋਂ ਲੱਗਦਾ ਪੰਜਾਬ ਦਾ ਪਰ ਸਾਰੇ ਪੰਜਾਬ ਦੇ ਵਿੱਚ ਵੀ ਕਰਫੂ ਲੱਗਣਾ ਸ਼ੁਰੂ ਦੀਆਂ ਪਿਆਰੀਆਂ ਹੋ ਗਿਆ ਸੀ ਪਹਿਲੀ ਤਰੀਕੋਂ ਤੇ ਫਿਰ ਅਸੀਂ ਉੱਥੇ ਜਦ ਗੋਲੀ ਚੱਲਦੀ ਰਹੀ ਤੇ ਸਾਰੇ ਇਹ ਫਿਰ ਅਸੀਂ ਪਤਾ ਲੱਗਦੇ ਰਹੇ ਵੀ ਕਿੰਨੇ ਬੰਦੇ ਤੁਸੀਂ ਇਹ ਦੇਖੋ ਵੀ 7 ਘੰਟੇ ਗੋਲੀ ਚੱਲੀ ਆ ਉਹਦੇ ਚ 10-15 ਬੰਦੇ ਜ਼ਖਮੀ ਵੀ ਹੋਏ ਕੁਝ ਮਰੇ ਵੀ ਪਹਿਲੇ ਦਿਨ ਜਿਹੜਾ ਬਬਰਾਂ ਦਾ ਬੰਦਾ ਸੀਗਾ ਮਹੰਗਾ ਸੀ ਹਵਾਈ ਫਾਇਰ ਕੀਤੇ ਹੋਣਗੇ ਨਾ ਉਹ ਤਾਂ ਨਹੀਂ ਨਾ ਨਾ ਸਿੱਧੇ ਫਾਇਰ ਕੀਤੇ ਅੱਛਾ ਸਿੱਧੇ ਫਾਇਰ ਫਾਇਰ ਕੀਤੇ ਸੀ ਹਵਾਈ ਫਾਇਰ ਨਹੀਂ ਸੀ ਤੇ ਉਸਦੇ ਸਿੱਧੇ ਫਾਇਰ ਜਾ ਕੇ ਥੰਮਾਂ 'ਚ ਵੀ ਲੱਗੇ ਸੀ ਜਿਹੜੇ ਪਿਲਰ ਸੀ ਦਰਵਾਜ਼ਾ ਭਰਾਡੇ ਦੇ ਪਿਲਰ ਸੀ ਪ੍ਰਕਾਰਮਾਂ ਦੇ ਪਿਲਰ ਸੀ ਉੱਥੇ ਵੀ ਲੱਗੇ ਸੀ ਬ੍ਰਹਮ ਸ਼ਰਧਾਲੂ ਤੇ ਉੱਥੇ ਨੂੰ ਮੱਥਾ ਟੇਕ ਨਹੀਂ ਕੋਈ ਨਹੀਂ ਸੀ ਗਿਆ ਸਭ ਪਤਾ ਲੱਗ ਗਿਆ ਗੋਲੀ ਚੱਲਣ ਵੇਲੇ ਸਾਵਾ ਇਧਰ ਉਧਰ ਹੋ ਗਏ ਸੀਗੇ ਸਾਰੇ ਪ੍ਰਕਾਰਮਾਂ ਖਾਲੀ ਸੀ ਸਾਰੇ ਤੇ ਉਦ ਉਹ ਸਾਰਾ ਦਿਨ ਅਸੀਂ ਗਏ ਨਹੀਂ ਕਿ ਸਾਰਾ ਪਰ ਸਾਨੂੰ ਖਬਰਾਂ ਸਾਨੂੰ ਮਿਲਦੀਆਂ ਰਹੀਆਂ ਖਬਰਾਂ ਇਹ ਮਿਲਦੀਆਂ ਰਹੀਆਂ ਨਾ ਅਸੀਂ ਭੇਜ ਸਕਦੇ ਸੀ ਖਬਰਾਂ ਸਾਡੇ ਕੋਲੇ ਆਉਂਦੀਆਂ ਰਹੀਆਂ ਸਾਰੀਆਂ ਵੀ ਬੰਦੇ ਜਿੰਨੇ ਜ਼ਖਮੀ ਹੋ ਗਏ ਚੱਕੜ ਨਹੀਂ ਦਿੱਤੇ ਗਏ ਗੋਲੀ ਲਗਾਤਾਰ ਚਲਦੀ ਰਹੀ ਗੋਲੀ ਗੋਲੀ ਦਾ ਜਵਾਬ ਅੰਦਰੋਂ ਨਹੀਂ ਆਇਆ ਪਹਿਲੇ ਦਿਨ ਨਹੀਂ ਆਇਆ ਪਹਿਲੇ ਦਿਨ ਨਹੀਂ ਆਇਆ ਅੰਦਰੋਂ ਨਹੀਂ ਆਇਆ ਉਹ ਜਿਹਨੂੰ ਅਸੀਂ ਬਾਅਦ ਚ ਟੈਸਟ ਫਾਇਰ ਕਹਿੰਨੇ ਆ ਉਹ ਟੈਸਟ ਫਾਇਰ ਸੀ ਸਾਰਾ ਜਿਹਦੇ ਵਿੱਚ ਅੰਦਰੋਂ ਜਵਾਬ ਕਿਸੇ ਵੀ ਮੋਰਚੇ ਚੋਂ ਸੰਤ ਦੇ ਬੰਦਿਆਂ ਦਾ ਜਥੇ ਦਾ ਜਿਹੜਾ ਕਿ ਅਸੀਂ ਇੱਕ ਗੱਲ ਮੈਂ ਇੱਥੇ ਕਲੀਅਰ ਕਰਨਾ ਚਾਹਣਾ ਵੀ ਜਿਹੜਾ ਹੁਣ ਬਾਅਦ ਚ ਸਭ ਪਤਾ ਲੱਗ ਗਿਆ ਵੀ ਸੰਤ ਕੋਲੇ ਸੀਗਾ ਜਿਹੜਾ 100 ਸਵਾ 100 ਬੰਦਾ ਸੀ ਸਾਰਾ ਉਹੀ ਲੜਿਆ ਜਿਹੜਾ ਅਕਾਲ ਤਖਤ ਤੇ ਲੜਾਈ ਹੋਈ ਹੈ ਜਿਹੜੇ ਹੋਰ ਸੀਗੇ ਮੋਰਚੇ ਲੱਗੇ ਵੇ ਉਹਨਾਂ ਨੇ ਵੀ ਨਹੀਂ ਜਵਾਬ ਦਿੱਤਾ ਜਿਵੇਂ ਉਸੇ ਦਿਨੀ ਮੋਰਚੇ ਇਹਦੇ ਤੇ ਟੈਂਕੀ ਤੇ ਗੁਰਾਮ ਦਾਸਰਾں ਤੇ ਆ ਗੁਰੂ ਨਾਨਕਨ ਦੇ ਵਾਸਤੇ ਇਧਰ ਫੈਡਰੇਸ਼ਨ ਦੇ ਮੁੰਡਿਆਂ ਦੇ ਜਿਹੜੇ ਉਹਨਾਂ ਦੇ ਸੀਗੇ ਸਾਰੇ ਉਹਨਾਂ ਖੜਕੂ ਸਿੰਘ ਇੱਥੇ ਕਈ ਹੈਗੇ ਹਜੇ ਵੀ ਉਹਨਾਂ ਚੋ ਜੀਵਤ ਆ ਉਹਨਾਂ ਬੰਦਿਆਂ ਦੇ ਮੋਰਚੇ ਲੱਗੇ ਸੀ ਪਰ ਉਹ ਮੋਰਚਿਆਂ ਦੇ ਉਹਨਾਂ ਨੂੰ ਨੀ ਕੋਈ ਕਿਸੇ ਨੂੰ ਜਵਾਬ ਦਿੱਤਾ ਤੇ ਇਹ ਇਹ ਇਸੇ ਕਰਕੇ ਅਸੀਂ ਕਹਿੰਦੇ ਟੈਸਟ ਫਾਇਰ ਸੀ ਤੇ ਇਹ ਅੰਦਰ ਜਦੋਂ ਸ਼ਵੇਗ ਸਿੰਘ ਜਰਨਲ ਸ਼ਵੇਗ ਸਿੰਘ ਸੀਗਾ ਤੇ ਉਹਦੀ ਕਮਾਂਡ ਕਰਕੇ ਉਹਨੂੰ ਪਤਾ ਹੋਊਗਾ ਵੀ ਇਹ ਟੈਸਟ ਫਾਇਰ ਹੈ ਤੇ ਉਹਨੇ ਅੰਦਰੋਂ ਕਿਸੇ ਨੂੰ ਜਵਾਬ ਦੇਣ ਨਹੀਂ ਦਿੱਤਾ ਅੱਛਾ ਤੁਸੀਂ ਸੰਤ ਜਨਰਲ ਸਿੰਘ ਭਿੰਡਰਾਂ ਵਾਲੇ ਦੇ ਨਾਲ ਵੀ ਇੰਟਰਵਿਊ ਕੀਤੀ ਹੈਗੀ ਤੁਹਾਨੂੰ ਲੱਗਦਾ ਹੈ ਕਿ ਸੰਤਾ ਨੂੰ ਅਹਿਸਾਸ ਹੈਗਾ ਸੀ ਕਿ ਇਹ ਹਮਲਾ ਹੋ ਸਕਦਾ ਕਹਿੰਦੇ ਪਹਿਲਾਂ ਮਨਜੀਤ ਸਾਹਿਬ ਰਹਿੰਦੇ ਸੀ ਉੱਥੇ ਅਕਾਲਤਖਬ ਸਾਹਿਬ ਦੇ ਤਾਂ ਚਲੇ ਗਏ ਕਿ ਕਿਹੜਾ ਫੌਜ ਨੇ ਅੰਦਰ ਆ ਜਣਾ ਹੈਗਾ ਜੀ ਇਹਨਾਂ ਨੇ ਗਲਤ ਫਹਮੀ ਆ ਗਈ ਸੀ ਨਹੀਂ ਗਲਤ ਕੋਈ ਕਿਸੇ ਨੂੰ ਗਲਤ ਫਹਮੀ ਨਹੀਂ ਸੰਤ ਨੂੰ ਪਤਾ ਸੀ ਵੀ ਇਹ ਆ ਸਕਦੇ ਆ ਸੰਤ ਨੂੰ ਇਹ ਵੀ ਪਤਾ ਲੱਗ ਗਿਆ ਸੀ ਸਾਰਾ ਪਤਾ ਲੱਗਦਾ ਰਹਿੰਦਾ ਸੀਗਾ ਵੀ ਇਹ ਗੁਰਨਾਨਕ ਨਿਵਾਸ ਤਾਂ ਬਹੁਤ ਸੌਖਾ ਇੱਥੋਂ ਤਾਂ ਇੱਥੇ ਤੱਕ ਕਦੇ ਵੀ ਕਮਾਂਡੋ ਆ ਕੇ ਚੱਕ ਸਕਦੇ ਆ ਤਾਂ ਉਹਨਾਂ ਨੂੰ ਮੌਕਾ ਦੇਦਾ ਬੱਬਰਾਂ ਨੇ ਬੱਬਰਾਂ ਨੇ ਦੋ ਤਿੰਨ ਕਮਰਿਆਂ ਦਾ ਰੌਲਾ ਪਾ ਲਿਆ ਉਹ ਦੋ ਤਿੰਨ ਕਮਰਿਆਂ ਦਾ ਰੌਲਾ ਕੀ ਪਾਇਆ ਗੁਰਨਾਨਕ ਨਿਵਾਸ ਚੋ ਵੀ ਆ ਸਾਡੇ ਕਮਰੇ ਆ ਉੱਥੇ ਲੜਾਈ ਹੋਣ ਲੱਗੀ ਬੱਬਰਾਂ ਦੇ ਤੇ ਸੰਤ ਦੇ ਬੰਦਿਆਂ ਦੀ ਜਥੇ ਦੀ ਟਕਸਾਲ ਜੋਥਾ ਜਿਹੜਾ ਹੁੰਦਾ ਸੀਗਾ ਤਾਂ ਸੰਤ ਕੰਨਾਂ ਵੀ ਸਾਰੇ ਚੱਲੋ 25 ਕਮਰੇ ਸੀਗੇ ਇਸ ਕੋਲੇ ਗੁਰਨਾਨਕ ਨਿਵਾਸ ਵਿੱਚ ਸੰਤਾਂ ਕੋਲੇ ਸੰਤ ਦੇ ਬੰਦਿਆਂ ਕੋਲੇ ਇਹ ਸਾਰੇ ਛੱਡ ਕੇ ਫਿਰ ਉਧਰ ਚਲੇ ਗਏ ਤੇ ਅਸੀਂ ਤਾਂ ਦੇਖਦੇ ਰਹੇ ਹਾਂ ਵੀ ਜਦੋਂ ਦਰਬਾਰ ਜਦੋਂ ਅਕਾਲ ਤਖਤ ਉੱਤੇ ਬੈਠਣ ਨੂੰ ਥਾਂ ਨਹੀਂ ਸੀ ਕਮਰੇ ਨਹੀਂ ਸੀ ਕੋਈ ਚੰਗੇ ਪਿਛਲੇ ਪਾਸੇ ਜੇ ਕਮਰੇ ਹੁੰਦੇ ਸੀ ਸਾਰੇ ਕਿਸੇ ਕੋਲੇ ਰਹਿਣ ਨੂੰ ਥਾਂ ਨਹੀਂ ਸੀ ਕਿਤੇ ਕੋਈ ਛੋਟੇ ਜਿਹੇ ਕਮਰੇ 'ਚ ਬੈਠਾ ਕਿਸੇ ਨਹੀਂ ਸੀ ਇੱਥੇ ਗੁਰਨਾਨਕ ਨਿਵਾਸ ਦੇ ਵੱਡੇ ਕਮਰੇ ਸੀਗੇ ਬਹੁਤ ਵੱਡੇ ਤੇ ਨਾਲ ਬਾਥਰੂਮ ਅਟੈਚ ਕਮਰੇ ਸੀ ਸਾਰੇ ਉੱਥੇ ਤਾਂ ਕੋਈ ਅਰੇਂਜਮੈਂਟ ਜਿਹੜੀ ਹੈ ਨਹੀਂ ਸੀ ਇਸ ਕਰਕੇ ਇਹ 15 ਦਸੰਬਰ ਨੂੰ ਹੋਇਆ ਸੀ ਸਾਰਾ ਕੁਝ 15 ਦਸੰਬਰ 1983 1983 ਉਹ ਤੋਂ ਪਿੱਛੇ 4-5 ਮਹੀਨੇ ਬੰਦੇ ਐਡਜਸਟ ਹੁੰਦੇ ਰਹੇ ਸਾਰੇ ਤਾਂ ਮੋਰਚਾ ਬੰਦੀ ਅੰਦਰੋਂ ਅੰਦਰ ਹੀ ਹੋਈ ਵੀ ਸੀਗੀ ਪਰ ਮੋਰਚਾ ਬੰਦੀ ਦਰਬਾਰ ਸਾਹਿਬ ਦੇ ਅੰਦਰੋਂ ਜਿਹੜੀ ਟਕਸਾਲ ਨੇ ਕੀਤੀ ਸੀ ਜਾਂ ਜਸੇ ਦੇ ਬੰਦੇ ਨੇ ਕੀਤੀ ਸੀ ਉਹ ਦਿਖਾਈ ਨਹੀਂ ਸੀ ਦੇ ਰਹੀ ਤੇ ਜੇ ਪਤਾ ਲੱਗ ਜਾਂਦਾ ਤਾਂ ਸ਼ਾਇਦ ਫਿਰ ਫੌਜ ਕੋਲੇ ਵੀ ਜਾਵੜ ਦੀ ਗੱਲ ਇਹ ਹਾਂਜੀ ਅਸੇ ਇੱਕ ਤਰੀਕ ਸ਼ਾਮ ਤੱਕ ਚੱਲਦੀ ਰਹੇ ਮਤਲਬ 10 ਕਿਵੇਂ ਮਤਲਬ ਕਹਿੰਦੇ 6-7 ਹੋਵੇ ਚੱਲਦਾ ਜੀ ਦੋ ਨੂੰ ਫਿਰ ਕੰਟੀਨਿਊ ਹੈ ਜੀ ਅਸੀਂ ਫਿਰ ਜਿਹਦੇ ਪਹਿਲੀ ਤਰੀਕ ਦੇ ਪਿੱਛੋਂ ਦੋ ਨੂੰ ਗਏ ਅਸੀਂ ਫਿਰ ਦੋ ਨੂੰ ਗਏ ਅੰਦਰ ਜੀ ਤਾਂ ਦੋ ਨੂੰ ਮੈਂ ਗਿਆ ਰੇਡੀਓ ਵਾਲਾ ਸੀ ਇੱਕ ਸਾਡੇ ਰੇਡੀਓਦਾਰ ਸੀਗਾ ਟਵਾਣਾ ਟਵਾਣਾ ਉਦੋਂ ਸਾਡੇ ਦਿੱਲੀ ਤੋਂ ਵੀ ਰਿਪੋਰਟਰ ਆ ਗਏ ਸੀ ਸਾਰੇ ਕਾਫੀ ਜ਼ਿਆਦੇ ਤੇ ਫਿਰ ਅਸੀਂ ਸਾਰੇ ਅੰਦਰ ਗਏ ਪ੍ਰਕਰਮਾਂ ਵਿੱਚ ਫਿਰ ਉੱਥੇ ਥੰਮਾਂ ਦੇ ਉੱਤੇ ਵੱਡੇ ਵੱਡੇ ਨਿਸ਼ਾਨ ਸੀ ਅਸੀਂ ਬੜੇ ਹੈਰਾਨ ਹੁੰਦੇ ਰਹੇ ਵੀ ਗੋਲੀ ਕਿੱਥੋਂ ਆ ਕੇ ਥੰਮਾਂ ਦੇ ਇੱਕ ਨਾਲੋ ਕਾਫੀ ਵੱਡਾ ਸੀਮੈਂਟ ਜਾਂ ਲਿਖਾਵਾ ਸੀ ਵੀ ਇੱਥੇ ਕਿਵੇਂ ਆ ਕੇ ਵੱਜੀ ਤੇ ਫਿਰ ਅਸੀਂ ਦਰਬਾਰ ਸਾਹਿਬ ਦੇ ਜਿਹੜਾ ਹਰਮੰਦਰ ਸਾਹਿਬ ਹੈ ਉਹਦੇ ਆਲੇ-ਦਾਲੇ ਗੋਲੀਆਂ ਗਿੰਦੇ ਰਹੇ ਆ ਕੇ ਪ੍ਰੈਸ ਵਾਲੇ ਸਾਰੇ ਵੀ ਆ ਨਿਸ਼ਾਨ ਆ ਨਿਸ਼ਾਨ ਕੋਈ ਸ਼ਰੇ ਆ ਕੇ ਵੱਜੇ ਸੀ ਸਿੱਧੀ ਅਟੈਕ ਨਹੀਂ ਸੀ ਸਤਾਨੀ ਸੀ ਕੀਤਾ ਦੋ ਤਿੰਨ ਉਹ ਪਹਿਲੀ ਤਰੀਕ ਨੂੰ ਤੇ ਫਿਰ ਦੋ ਨੂੰ ਕੁਝ ਨਹੀਂ ਹੋਇਆ ਦੋ ਨੂੰ ਪਤਾ ਲੱਗ ਗਿਆ ਵੀ 10-12 ਬੰਦੇ ਮਾਰੇ ਗਏ ਕੁਝ ਜ਼ਖਮੀ ਹੋ ਗਏ ਮਹਿੰਗਾ ਸਿੰਘ ਦਾ ਸੰਸਕਾਰ ਹੋਇਆ ਬਬਰਾਂ ਦੇ ਉਹ ਕਿਤੇ ਪਹਿਲੇ ਹੀ ਉਹਦੇ ਗੋਲੀ ਲੱਗ ਗਈ ਸੀ ਉਹਦਾ ਸੰਸਕਾਰ ਦੇ ਵਿੱਚ ਲੋਂਗੋਵਾਲ ਵੀ ਆਇਆ ਸੰਤ ਲੋਂਗੋਵਾਲ ਵੀ ਸੀ ਫੰਟ ਬਜ਼ਰਨਾਲ ਸਿੰਘ ਪਿੰਡਾਲਾ ਵੀ ਸੀ ਇਹ ਹੋਰ ਸਾਰੇ ਬੰਦੇ ਇਹਨਾਂ ਨੇ ਉੱਥੇ ਅੰਦਰ ਹੀ ਸੰਸਕਾਰ ਕੀਤਾ ਮੰਜੀ ਸਾਹਿਬ ਦੇ ਨਾਲ ਇੱਕ ਪਾਸੇ ਜੇ ਥੋੜਾ ਜਿਹਾ ਥਾਂ ਸੀ ਉੱਥੇ ਸੰਸਕਾਰ ਹੋਦਾ ਸਭ ਦੇ ਸਾਹਮਣੇ ਦੋਨੋਂ ਸ਼ਨਾਟਾ ਸ਼ਰ ਸਵੇਰ ਵਾਲਾ ਔਰ ਸ਼ਾਮ ਵਾਲੀ ਜਿਹੜੀ ਗੁਰਬਾਣੀ ਹੁੰਦੀ ਰ ਉਸ ਵੇਲੇ ਉਹ ਚੱਲਦਾ ਰ ਦੋਨੋਂ ਕੁਝ ਨਹੀਂ ਹੋਇਆ ਸਾਰਾ ਸਾਰਾ ਕੋਈ ਸ਼ਰਦਾਲੂ ਨਹੀਂ ਆਇਆ ਹਾਂ ਪਰ ਦੋਨੋਂ ਸਾਨੂੰ ਫਿਰ ਬਿਲਡ ਅਪ ਹੋਣਾ ਸ਼ੁਰੂ ਹੋ ਪਤਾ ਲੱਗਾ ਸੀ ਸਾਨੂੰ ਲੈਣਾ ਬਿਛਲੀਆਂ ਫਿਰ ਅਸੀਂ ਲੱਗ ਗਏ ਜਿਹੜੀਆਂ ਕੇਬਲ ਲਾਈਨ ਜਿਹੜੀਆਂ ਫੌਜਦਿਆਂ ਹੁੰਦੀਆਂ ਉਹ ਅਸੀਂ ਦੇਖੀਆਂ ਵੀ ਕੇਬਲਾ ਹੁਣ ਸੁੱਟੀਆਂ ਜਾ ਰਹੀਆਂ ਨੇ ਚਾਰੇ ਪਾਸੇ ਜਾ ਪੁਲਿਸ ਜਾ ਇਹ ਇਹ ਸਾਨੂੰ ਪਤਾ ਲੱਗ ਗਿਆ ਸੀ ਉਦੋਂ ਵੀ ਹੁਣ ਜਿਹੜਾ ਆਰਮੀ ਦਾ ਜਿਹੜਾ ਹੈ ਕੁਛ ਆਰਮੀ ਦਾ ਸਾਨੂੰ ਨਹੀਂ ਸੀ ਪਤਾ ਸਾਨੂੰ ਐ ਪਤਾ ਸੀ ਕਿ ਕੁੱਚੀਆਂ ਕਈ ਬਿਲਡਿੰਗਾਂ ਹੁਣ ਫੌਜ ਦੇ ਉਸ ਦੇ ਕਬਜ਼ੇ ਚ ਆ ਗਈਆਂ ਉਦੋਂ ਤਾਂ ਸਾਨੂੰ ਐ ਲੱਗਦਾ ਸੀ ਵੀ ਸੀਆਰਪੀ ਵਾਲੇ ਦਾਲੇ ਕੇਰਾ ਸੀਆਰਪੀ ਦਾ ਬੀਐਸ ਉਹਨਾਂ ਦੇ ਕਬਜ਼ੇ ਚ ਫੌਜ ਹਜੇ ਪਿੱਛੇ ਸੀ ਪਰ ਹੁਣ ਪਤਾ ਲੱਗਦਾ ਵੀ ਉਹਨਾਂ ਨੇ ਜਿਹੜਾ ਜਿਹੜਾ ਕਮਾਂਡ ਕੰਟਰੋਲ ਜਿਹੜਾ ਸੈਂਟਰ ਬਣਾਇਆ ਸੀ ਕਮਾਂਡ ਵਾਲਾ ਸੈਂਟਰ ਸੀ ਜਿੱਥੋਂ ਜਿੱਥੋਂ ਕਿ ਕੁਲਦੀਪ ਸਿੰਘ ਬਰਾੜ ਜਿਹੜਾ ਕੀ ਐਸ ਬਰਾਡ ਜਿਹੜਾ ਜਨਰਲ ਬਰਾਡ ਉੱਥੋਂ ਕਮਾਂਡ ਕਰਦਾ ਸੀ ਉਹ ਉੱਚਾ ਸੀ ਬਹੁਤ ਉਹ ਫਿਰ ਦੋ ਤਰੀਕ ਨੂੰ ਇਹਨਾਂ ਨੇ ਬਣਾ ਲਿਆ ਸੀ ਸਾਰਾ ਤੇ ਫੌਜ ਸਾਰੀ ਮੇਰਠ ਤੋਂ ਜਿਹੜਾ ਸਾਰਾ ਬਿਹਾਰ ਨਾਇਨ ਬਿਹਾਰ ਤੇ ਹੋਰ ਸਾਰਾ ਇਹ ਕੁਝ ਮਦਰਾਸੀ ਸੀ ਸਿੱਖ ਬਲਤਣਾ ਉਹ ਆ ਗਏ ਸੀ ਸਾਰੇ ਮਤਲਬ ਗੈਰ ਪੰਜਾਬੀ ਬੁਲਾਏ ਗਏ ਸਪੈਸ਼ਲ ਗੈਰ ਪੰਜਾਬੀ ਵੀ ਸੀਗੇ ਸਾਰੇ ਪੰਜਾਬੀ ਵੀ ਆਏ ਸੀ ਸਾਰੇ ਜਿਵੇਂ ਹੁਣ ਉਹ ਬਾਅਦ ਚ ਆਪਾਂ ਗੱਲ ਕਰਾਂਗੇ ਵੀ ਜਿਵੇਂ ਉੱਥੇ ਇੱਕ ਪਹਿਲਾ ਜਿਹੜਾ ਸਰਦਾਰ ਹੈ ਉਹ ਤਾਂ ਮੇਰੇ ਨਾਂ ਨਹੀਂ ਯਾਦ ਰਿਹਾ ਉਹ ਕੈਪਟਨ ਸੀ ਉਹ ਆਪਦੇ ਆਪ ਗਿਆ ਉਹ ਆਪਦੇ ਆਪ ਗਿਆ ਉਹਨੂੰ ਫਿਰ ਇੱਥੇ ਅਵਾਰਡ ਵੀ ਮਿਲਿਆ ਇੱਕ ਪ੍ਰੈਜ਼ੀਡੈਂਟ ਤੋਂ ਸਾਰਾ ਕੁਝ ਉਹਦੀਆਂ ਲੱਤਾਂ ਲੱਤਾਂ 'ਚ ਗੋਲੀਆਂ ਵੱਜੀਆਂ ਸੀ ਸਾਰਾ ਉਹ ਜ਼ਖਮੀ ਹੋ ਗਿਆ ਸੀ ਸਾਰਾ ਦੋ ਤਰੀਕ ਨੂੰ ਕੋਈ ਮੀਟਿੰਗ ਕੋਈ ਚਾਂਸ ਨਹੀਂ ਮੀਟਿੰਗ ਦਾ ਜੀ ਦੋ ਤਰੀਕ ਕਿਸੇ ਵੀ ਗੱਲ ਨਹੀਂ ਹੋਈ ਨਾ ਕੋਈ ਪ੍ਰੈਸਰਲ ਡੀਲ ਕੀਤਾ ਨਾ ਅਸੀਂ ਅਸੀਂ ਉਸ ਦਿਨ ਦੋ ਤਰੀਕ ਨੂੰ ਹੋਰਾਂ ਲੋਕਾਂ ਕੋਲੇ ਗਏ ਆ ਸਾਰੇ ਸਾਰੇ ਇੱਧਰ ਉੱਧਰ ਗਏ ਪੁੱਛਿਆ ਸੰਤ ਪਿੰਡ ਸੰਤ ਲੰਗੋਵਾਲ ਕੋਲੇ ਵੀ ਗਏ ਪ੍ਰੈਸ ਵਾਲੇ ਇਕੱਠੇ ਹੋ ਕੇ ਪਰ ਕਿਸੇ ਨੇ ਬਿਆਨ ਬਿਆਨ ਜੇ ਦਿੱਤੇ ਸੀ ਸਾਰੇ ਉਹ ਬਿਆਨਾਂ ਦਾ ਕੋਈ ਮੈਨੇ ਜੀ ਇੱਕ ਤਰੀਬ ਨੂੰ ਟ੍ਰੈਸਟ ਫਾਇਰ ਹੋਇਆ ਦੋ ਨੂੰ ਜਿਹੜੀ ਕਾਲੀ ਲੀਡਰਸ਼ਿਪ ਜਾਂ ਪੰਜਾਬ ਦੀ ਲੀਡਰਸ਼ਿਪ ਕਾਂਗਰਸ ਪਾਰਟੀ ਜਾਂ ਭਾਜਪਾ ਲਾਲੂ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅਗਰ ਚਾਹੁੰਦੇ ਇਕੱਠੇ ਹੋ ਕੇ ਇੰਦਰਾ ਗਾਂਧੀ ਕੋਲ ਜਾਂਦੇ ਉਦੇਸ਼ ਦੀ ਪ੍ਰਾਈਮ ਮਿੰਿਸਟਰ ਕੋ ਜਾਂ ਰਾਸ਼ਟਰਪਤੀ ਕੋ ਜਾਂਦੇ ਹੈਗੇ ਕਿ ਜੇ ਨਹੀਂ ਜੀ ਨੁਕਸਾਨ ਜ਼ਿਆਦਾ ਹੋ ਸਕਦਾ ਕੱਠਿਓਕੇ ਟਾਲਿਆ ਜਾ ਸਕਦਾ ਸੀ ਨਹੀਂ ਮੁਸ਼ਕਲ ਟਾਲਿਆ ਜਾਦਾ ਸਾਰਾ ਕੁਝ ਕੈਲਕੂਲੇਟ ਕੀਤਾ ਬਣਾਇਆ ਸੀ ਕਿਉਂਕਿ ਅਸੀਂ ਤੁਹਾਨੂੰ ਪਤਾ ਨਹੀਂ ਪਤਾ ਹੋਏਗਾ ਤੁਹਾਨੂੰ ਸਭ ਨੂੰ ਹੁਣ ਪਤਾ ਲੱਗ ਗਿਆ ਵੀ 6 ਮਹੀਨੇ ਦੀ ਤਿਆਰੀ ਹੋ ਰਹੀ ਸੀ ਚਕਰੋਤਾ ਦੇ ਵਿੱਚ ਦਰਬਾਰ ਸਾਹਿਬ ਦੇ ਉੱਥੇ ਜਿਹੜੇ ਕਮਾਂਡੋ ਐ ਸਪੈਸ਼ਲ ਕਮਾਂਡੋ ਸੀ ਜਿਹੜੇ ਰਾ ਨਾਲ ਜੁੜੇ ਵੇ ਤੇ ਹੋਰ ਸਾਰੇ ਉਹ 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 ਸੈਂਟਰ ਸੀ ਜਿਹੜਾ ਅਮਰੀਕਾ ਵੱਲੋਂ ਚੱਲਦਾ ਕਾਫੀ ਦੇਰ ਦਾ ਸਪੋਰਟਰਡ ਨਾਲ ਪਹਾੜਾਂ ਚ ਤੇ ਉਹ ਉੱਥੇ ਉੱਥੇ ਸਾਰੀ ਟ੍ਰੇਨਿੰਗ ਹੋ ਰਹੀ ਸੀ ਸਾਰੀ ਕੁਝ ਤੇ ਇਹਦੀ ਖਬਰ ਵੀ ਲਾਤੀ ਸੀ ਨਰਿੰਦਰ ਸ਼ਰਮਾ ਸਾਡੇ ਅਖਬਾਰ ਅਖਬਾਰ ਹਿੰਦੀ ਦੇ ਅਖਬਾਰ ਦਾ ਜਿਹੜਾ ਮਲਾਪ ਵਾਲਿਆਂ ਦਾ ਗਰੁੱਪ ਦਾ ਇੱਕ ਹਿੰਦੀ ਅਖਬਾਰ ਚੱਲਦਾ ਸੀ ਮੇਰੇ ਨਾਂ ਨਹੀਂ ਯਾਦ ਆਉਂਦਾ ਉਹਦਾ ਉਤਮਿੰਦੂ ਵੀਰ ਪ੍ਰਤਾਪ ਜੀ ਵੀਰ ਪ੍ਰਤਾਪ ਜੀ ਵੀਰ ਪ੍ਰਤਾਪ ਚ ਉਹਨਾਂ ਦੇ ਨਾਲ ਚ ਖਬਰ ਲਾਤੀ ਸੀ ਕਿਸੇ ਨੇ ਨੋਟਿਸ ਨਹੀਂ ਲਿਆ ਵੀ ਹੈ ਵੀ ਅਸੀਂ ਉਹ ਖਬਰ ਹਜੇ ਤੱਕ ਵੀ ਸਾਨੂੰ ਪਤਾ ਹੈ ਸਾਡੇ ਨਾਲ ਨਰਿੰਦਰ ਸ਼ਰਮਾ ਕੰਮ ਕਰਦਾ ਸੀ ਅਮਰਸਰ ਦਾ ਹੀ ਆ ਉਹਨੇ ਖਬਰ ਲਾਤੀ ਸੀ ਵੀ ਉਹ ਕੀ ਹੋਇਆ ਵੀ ਆਪਦੇ ਉਹ ਕਿਤੇ ਦਸੰਬਰ ਦੇ ਮਹੀਨੇ ਪਹਿਲਾਂ ਆਪਦੇ ਗਿਆ ਮਿਲਣ ਆਪਦੇ ਉੱਥੇ ਪਹਾੜੀ ਪਹਾੜਾਂ ਚ ਕਿਤੇ ਉਹਦਾ ਰਹਿਣ ਵਾਲਾ ਸੀ ਇੱਥੇ ਹਿਮਾਚਲ ਦਾ ਹਿਮਾਚਲ ਜੋ ਮਿਲ ਲਗਾ ਤੇ ਹਿਮਾਚਲੀ ਫੌਜੀ ਬਹੁਤ ਹੈਗੇ ਤੇ ਉਹ ਜਿਹੜਾ ਉਹ ਜਦੋਂ ਗਿਆ ਤੇ ਉੱਥੇ ਜਾ ਕੇ ਫਿਰ ਉਹਦਾ ਕੋਈ ਰਿਸ਼ਤੇਦਾਰ ਉਹਦਾ ਕਜਨ ਕੋਜਨ ਚਾਚੇ ਤਾਇਦੇ ਆਇਆ ਵਾ ਅਸੀਂ ਜਿਹੜਾ ਉੱਥੇ ਸੈਂਟਰ 'ਚ ਕੰਮ ਕਰਦਾ ਉਹਨੇ ਦੱਸਤਾ ਵੀ ਅਸੀਂ ਤਾਂ ਤਿਆਰੀ ਕਰ ਰਹੇ ਆ ਐਕਸਰਸਾਈਜ਼ ਕਰ ਰਹੇ ਆ ਉਹਨੇ ਆ ਕੇ ਖਬਰ ਲਾਤੀ ਪਰ ਉਹ ਹਿੰਦੀ ਦਾ ਅਖਬਾਰ ਸੀ ਕਿਸੇ ਨੇ ਨੋਟਿਸ ਨਹੀਂ ਲਿਆ ਤੇ ਇਹ ਅਸੀਂ ਇਸ ਕਰਕੇ ਸਭ ਨੂੰ ਪਤਾ ਲੱਗ ਗਿਆ ਸੀ ਸਾਰਾ ਇਹ ਤਿਆਰੀ ਬੜੀ ਦੇਰ ਦੀ ਹੋ ਰਹੀ ਸੀ ਇਹ ਹੁਣ ਕੋਈ ਮੋੜਨ ਵਾਲਾ ਕੰਮ ਨਹੀਂ ਸੀ ਪਿੱਛੇ ਸਰ ਤਿੰਨ ਚਾਰ ਨੂੰ ਕੀ ਹੋਇਆ ਉਹ ਵੀ ਤੁਹਾਡੇ ਕੋਲ ਜਾਣਕਾਰੀ ਲੈਂਦੇ ਹੈਗੇ ਨਹੀਂ ਅ ਤਿੰਨ ਜੂਨ ਨੂੰ 4 ਜੂਨ ਨੂੰ ਕੀ ਹੋਇਆ ਜਸਪਾਲ ਸਿੰਘ ਸਿੱਧੂ ਹੋਣਾ ਕੋਲ ਪੂਰੀ ਜਾਣਕਾਰੀ ਲਵਾਂਗੇ ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ এবੀਸੀ ਪੰਜਾਬ